ਸਟੈਪਿੰਗ ਸਟੋਨਸ ਪੰਜਾਬੀ ਰੀਡਰ 6A 2020 ਐਡੀਸ਼ਨ ਲੈਸਨ 6 ਵਿੱਚ 6 ਵਿੱਚ ਤੁਹਾਨੂੰ ਜੀ ਆਇਆ ਹੈ ਅੱਜ ਦੇ ਪਾਠ ਵਿੱਚ ਅਸੀਂ ਪੱਗ ਦੇ ਇਤਿਹਾਸ ਬਾਰੇ ਹਿਸਟਰੀ ਆਫ ਟਰਬਨ ਬਾਰੇ ਸਿੱਖਾਂਗੇ ਇਹਦੇ ਵਿੱਚ ਕੁਝ ਔਖੇ ਸ਼ਬਦ ਨੇ ਚੱਲੋ ਪਹਿਲੇ ਇਹ ਸਿੱਖਦੇ ਆ ਠੀਕ ਹੈ ਫਾਰਸੀ ਮੇਰੇ ਪਿੱਛੇ ਬੋਲੋ ਫਾਰਸੀ ਪਰਸ਼ੀਅਨ ਹੋ ਸਕਦਾ ਕੁਡ ਹੈਪਨ ਪੱਕ ਜਾਣਾ राइपन और मेच्योर सियाणप विजडम निशानी सिंबल और मार्क पहचान आइडेंटिटी शान ग्लोरी आत्मविश्वास सेल्फ कॉन्फिडेंस यहूदी जीव और ज्यूश हक राइट्स Jinna unna, Ya Unni. Jinni Unni, right? So as much that much. Zimmevar ya zimmevar, Responsible. Kisma. Kinds or types. Hor viva dinde. Increase even more. Eh? So we will learn all of these words. So after we read this. i want you to read again and find these words and circle them in this essay okay so you will listen to me and then you're going to read by yourself The star shabd farsi de shabd dulband to baneya ho sakta hai te ja pag shabd sanskrit boli de shabd pak to baneya ho sakta hai pak da matlab hai pak jana mature ho jana bade ho jana syane ho jana ਪੱਗ ਸਿਆਣਕ ਦੀ ਵੀ ਨਿਸ਼ਾਨੀ ਹੈ ਪੱਗ ਸਿੱਖਾਂ ਲਈ ਧਰਮ ਆਪਣੀ ਪਹਿਚਾਨ ਅਤੇ ਆਤਮ ਵਿਸ਼ਵਾਸ ਦਾ ਚਿੰਨ ਹੈ ਚਿੰਨ ਮੀਨਸ ਅ ਸਿੰਬਲ ਆਲਸੋ ਨਿਸ਼ਾਨੀ ਸਿੱਖੀ ਵਿੱਚ ਪੱਗ ਬੰਨਣ ਨੂੰ ਦਸਤਾਰ ਸਜਾਉਣਾ ਵੀ ਕਹਿੰਦੇ ਹਨ ਬਹੁਤ ਚਿਰਾਂ ਤੋਂ ਬਹੁਤ ਧਰਮਾਂ ਦੇ ਆਗੂ ਪੱਗ ਬੰਨਦੇ ਰਹੇ ਹਨ ਇਹ ਯਹੂਦੀ ਧਰਮ ਦੇ ਵਡੇਰੇ ਪੱਗ ਬੰਦੇ ਸਨ ਰਾਜੇ ਮਹਾਰਾਜੇ ਵੀ ਪੱਗਾਂ ਬੰਨਦੇ ਰਹੇ ਹਨ ਅਫਰੀਕਾ ਅਰਬ ਦੇਸ਼ਾਂ ਅਤੇ ਚੀਨ ਵਿੱਚ ਵੀ ਪੱਗ ਬੰਨੀ ਜਾਂਦੀ ਰਹੀ ਹੈ ਐਂਡ ਹੇਅਰ ਆਰ ਸਮ ਪਿਕਚਰਸ ਆਫ ਡਿਫਰੈਂਟ ਕਲਚਰਸ ਓਕੇ 400 ਸਾਲ ਪਹਿਲਾਂ ਗੁਰੂ ਹਰਗੋਬਿੰਦ ਜੀ ਦੇ ਸਮੇਂ ਪੱਗ ਬੰਨਣ ਦਾ ਹੱਕ ਸਿਰਫ ਮੁਗਲ ਰਾਜਿਆਂ ਅਤੇ ਵੱਡੇ ਅਫਸਰਾਂ ਨੂੰ ਹੀ ਸੀ ਜਿੰਨਾ ਵੱਡਾ ਅਹੁਦਾ ਉਨੀ ਵੱਡੀ ਪੱਗ ਰਿਮੈਂਬਰ ਜਿੰਨਾ ਉੰਨਾ ਗੁਰੂ ਜੀ ਨੇ ਸਿੱਖਾ ਨਹੀਂ ਮੀ ਪੱਗ ਬਨਣ ਸ਼ੁਰੂ ਕੀਤੀ ਤੇ ਆਪਣੇ ਆਪ ਨੂੰ ਰਾਜਿਆਂ ਦੇ ਬਰਾਬਰ ਸਮਝਣ ਲੱਗੇ ਪੱਗ ਜ਼ਿੰਮੇਵਾਰ ਜਾਂ ਜ਼ਿੰਮੇਵਾਰ ਹੋਣ ਦੀ ਨਿਸ਼ਾਨੀ ਹੈ ਜਦ ਕਿਸੇ ਘਰ ਵਿੱਚ ਪਿਤਾ ਦੀ ਮੌਤ ਹੋ ਜਾਂਦੀ ਹੈ ਤਾਂ ਘਰ ਦੇ ਵੱਡੇ ਮੁੰਡੇ ਨੂੰ ਪਰਿਵਾਰ ਪੱਗ ਦਿੰਦੇ ਹਨ ਜਿਸ ਇਸ ਦਾ ਮਤਲਬ ਕਿ ਕਿ ਹੁਣ ਉਹ ਜ਼ਿੰਮੇਵਾਰ ਹੋ ਗਿਆ ਹੈ ਹੁਣ ਉਸਨੇ ਆਪਣੇ ਪਿਤਾ ਦੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਹਨ ਰਿਸਪਾਂਸਿਬਿਲਟੀਜ਼ ਡਿਊਟੀਆਂ 1699 ਈਸਵੀ ਦੇ ਵਿਸਾਖੀ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਸਿੱਖਾਂ ਨੂੰ ਪਗ ਦੀ ਦਾਤ ਦਿੱਤੀ ਉਹਨਾਂ ਨੇ ਸਾਰੀ ਦੁਨੀਆ ਦੀ ਜ਼ਿੰਮੇਵਾਰੀ ਸਿੱਖਾਂ ਨੂੰ ਦੇ ਦਿੱਤੀ ਕਿ ਉਹਨਾਂ ਨੇ ਸਭ ਦੀ ਰੱਖਿਆ ਕਰਨੀ ਹੈ ਕਿਉਂਕਿ ਖਾਲਸਾ ਅਕਾਲ ਪੁਰਖ ਦੀ ਫੌਜ ਵੀ ਹੈ ਲੋਕ ਬਹੁਤ ਰੰਗਾਂ ਅਤੇ ਕਿਸਮਾਂ ਦੀ ਪਗ ਬੰਦੇ ਹਨ ਕਈ ਲੋਕ ਤਿੱਖੀ ਪਗ ਬੰਦੇ ਹਨ ਕਈ ਗੋਲ ਕਈ ਛੋਟੀ ਕਈ ਵੱਡੀ ਕਈ ਨੀਲੀ ਕਈ ਚਿੱਟੀ ਤੇ ਕਈ ਪਟਿਆਲਾ ਸ਼ਾਹੀ ਪਗ ਬੰਦੇ ਹਨ ਜੋ ਕਿ ਪਟਿਆਲੇ ਦੇ ਮਹਾਰਾਜੇ ਦਾ ਸਟਾਈਲ ਹੈ ਸਭ ਤੋਂ ਵੱਡੀ ਪਗ ਨਿਹੰਗ ਸਿੰਘ ਬੰਦੇ ਹਨ ਉਹ ਆਪਣੇ ਪੱਗ ਦੀ ਸ਼ਾਨ ਨੂੰ ਕਈ ਤਰ੍ਹਾਂ ਦੇ ਸ਼ਸਤਰ ਲਾ ਕੇ ਹੋਰ ਵੀ ਵਧਾ ਦਿੰਦੇ ਹਨ ਉਹ ਆਪਣੀਆਂ ਪੱਗਾਂ ਵਿੱਚ ਬਹੁਤ ਸਾਰੇ ਖੰਡੇ ਚੱਕਰ ਅਤੇ ਕਟਾਰਾਂ ਲਾਉਂਦੇ ਹਨ ਯੂ ਸੀ ਦੀ ਪਿਕਚਰ ਹੇਅਰ ਦੁਨੀਆ ਵਿੱਚ ਪੱਗ ਬੰਨਣ ਵਾਲੇ ਲੋਕ ਹੁਣ ਜ਼ਿਆਦਾ ਕਰਕੇ ਸਿੱਖੇ ਹਨ ਅਮਰੀਕਾ ਵਿੱਚ ਤਾਂ ਸਾਰੇ ਪੱਗ ਬੰਨਣ ਵਾਲੇ ਲੋਕ ਸਿੱਖੇ ਹਨ ਸੋ ਇਸ ਐਸਐਸ ਦੇ ਵਿੱਚ 340 ਸ਼ਬਦ ਨੇ ਜੇ ਤੁਸੀਂ 60 ਜਾਂ 70 ਸ਼ਬਦ ਪਰ ਮਿੰਟ ਪੜ ਸਕਦੇ ਹੋ ਤੇ ਤੁਹਾਨੂੰ 6-7 ਮਿੰਟ ਲੱਗਣਗੇ ਇਹ ਪੜਨ ਤੇ ਠੀਕ ਹੈ ਤੇ ਬਾਅਦ ਵਿੱਚ ਤੁਸੀਂ ਜਾ ਕੇ ਰਿਸਰਚ ਕਰਨਾ ਕਿ ਪੱਕ ਦੇ ਬਾਰੇ ਹੋਰ ਕੀ ਜਾਣ ਸਕਦੇ ਹੋ ਤੁਸੀਂ ਤੁਹਾਡਾ ਹੋਮਵਰਕ ਸੋਮਵਾਰ ਘਰ ਦਾ ਕੰਮ ਹੇਠਾਂ ਲਿਖੇ ਪ੍ਰਸ਼ਨਾਂ ਦੇ ਠੀਕ ਉੱਤਰ ਚੁਣੋ ਪੱਕ ਸ਼ਬਦ ਦੇ ਕੀ ਮਤਲਬ ਹਨ ਸੋ ਇੱਥੇ ਲਿਖਿਆ ਹੋਇਆ ਹੈ ਤੈ ਤੁਸੀਂ ਇਹਦੇ ਵਿੱਚੋਂ ਠੀਕ ਸ਼ਬਦ ਚੁਣੋਗੇ ਜਿਹੜਾ ਵੀ ਠੀਕ ਹੋਏਗਾ ਜਦ ਗੁਰੂ ਜੀ ਦੇ ਸਿੱਖਾਂ ਨੇ ਪੱਗ ਬੰਨ੍ਹਣੀ ਸ਼ੁਰੂ ਕੀਤੀ ਤਾਂ ਉਹ ਆਪਣੇ ਆਪ ਨੂੰ ਕੀ ਸਮਝਣ ਲੱਗੇ ਸੋ ਯੂ ਵਿਲ ਨੋ ਦਿਸ ਵਨ ਹੇਅਰ ਨਿਹੰਗ ਸਿੰਘ ਆਪਣੀਆਂ ਪੱਗਾਂ ਦੀ ਸ਼ਾਨ ਵਧਾਉਣ ਵਾਸਤੇ ਕੀ ਲਾਉਂਦੇ ਹਨ ਜੇ ਤੁਹਾਨੂੰ ਯਾਦ ਨਾ ਆਵੇ ਤਾਂ ਤੁਸੀਂ ਪਿੱਛੇ ਵੀ ਦੇਖ ਸਕਦੇ ਹੋ ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ ਪੱਗ ਸ਼ਬਦ ਕਿੱਥੋਂ ਆਇਆ ਹੈ ਪੱਗ ਸ਼ਬਦ ਸੰਸਕ੍ਰਿਤ ਦੇ ਅਕਸ਼ਬਤ ਆਇਆ ਹੈ ਤੁਸੀਂ ਪਿੱਛੇ ਜਾ ਕੇ ਜਵਾਬ ਕਾਪੀ ਕਰ ਸਕਦੇ ਹੋ ਠੀਕ ਹੈ ਤੇ ਤੁਸੀਂ ਕੁਐਸਚਨ ਦੇ ਵਿੱਚੋਂ ਇਹ ਸ਼ਬਦ ਚੂਜ਼ ਕਰੋਗੇ ਜਿਵੇਂ ਪੱਗ ਸ਼ਬਦ ਆਇਆ ਹੈ ਇਹਨੂੰ ਤੁਸੀਂ ਉਹਦੇ ਵਿੱਚੋਂ ਇਹਦੇ ਵਿੱਚੋਂ ਚੂਜ਼ ਕਰਕੇ ਇੱਥੇ ਲਿਖੋਗੇ 400 ਸਾਲ ਪਹਿਲਾਂ ਪੱਗ ਬੰਨਣ ਦਾ ਹੱਕ ਕਿਸ ਨੂੰ ਸੀ 400 ਸਾਲ ਪਹਿਲਾਂ ਪੱਗ ਬੰਨਣ ਦਾ ਹੱਕ ਤੁਸੀਂ ਇੱਥੇ ਲਿਖੋਗੇ ਅਮਰੀਕਾ ਵਿੱਚ ਪੱਗ ਕੌਣ ਪੱਗ ਬੰਨਦੇ ਹਨ ਅਮਰੀਕਾ ਵਿੱਚ ਬਲੈਂਕ ਪੱਗ ਬੰਨਦੇ ਹਨ ਘਰ ਦੇ ਵੱਡੇ ਮੁੰਡੇ ਨੂੰ ਪੱਗ ਦੇਣ ਦਾ ਕੀ ਮਤਲਬ ਹੈ ਘਰ ਦੇ ਵੱਡੇ ਮੁੰਡੇ ਨੂੰ ਪੱਗ ਦੇਣ ਦਾ ਮਤਲਬ ਹੈ ਕਿ ਅੱਗੇ ਆਨਸਰ ਲਿਖੋਗੇ ਮੰਗਲਵਾਰ ਦਾ ਕੰਮ ੇਠਾਂ ਲਿਖੇ ਵਾਕਾਂ ਦੇ ਹਿੱਸੇ ਆਪਸ ਵਿੱਚ ਜੋੜ ਕੇ ਪੂਰੇ ਵਾਕ ਬਣਾਓ ਇਹ ਜਿਹੜੇ ਵਾਕ ਨੇ ਇਹ ਤੁਹਾਡੇ ਐਸੇ ਦੇ ਵਿੱਚੋਂ ਹੀ ਆਏ ਨੇ ਠੀਕ ਹੈ ਦਸਤਾਰ ਸ਼ਬਦ ਫਾਰਸੀ ਦੇ ਸ਼ਬਦ ਦੁਲਬੰਦ ਤੋਂ ਬਣਿਆ ਹੈ ਸੋ ਇਹਨੂੰ ਕਨੈਕਟ ਕਰ ਦੋਗੇ ਤੁਸੀਂ ਠੀਕ ਹੈ ਅਸਟਰਨਸ ਹਾਰਾ ਤੁਸੀਂ ਪੜੋਗੇ ਇਹਦੇ ਨਾਲ ਤੁਹਾਡੀ ਅੰਡਰਸਟੈਂਡਿੰਗ ਵਧੇਗੀ ਕੰਪਰੀਹੈਂਸ਼ਨ ਵਧੇਗੀ ਮੰਗਲਵਾਰ ਕਰਦਾ ਕੰਮ ਪੱਗ ਬਾਰੇ ਇੱਕ ਪੈਰਾ ਲਿਖੋ ਸੋਚੋ ਕਿ ਤੁਸੀਂ ਇੱਕ ਦੋਸਤ ਨੂੰ ਪੱਗ ਬਾਰੇ ਦੱਸ ਰਹੇ ਹੋ ਇਹਦੇ ਵਾਸਤੇ ਤੁਸੀਂ ਇਹ ਐਸੇ ਦੁਬਾਰਾ ਪੜ ਸਕਦੇ ਹੋ ਜਾਂ ਤੁਸੀਂ ਇੰਟਰਨੈਟ ਤੇ ਰਿਸਰਚ ਵੀ ਕਰ ਸਕਦੇ ਹੋ ਸੋ ਇਹ ਦੋਨੋਂ ਚੀਜ਼ਾਂ ਤੁਸੀਂ ਮੰਗਲਵਾਰ ਕਰੋਗੇ ਬੁੱਧਵਾਰ ਕਰਦਾ ਕੰਮ ਟਾਈਮਰ ਸੈੱਟ ਕਰੋ ਇਹ ਲੇਖ ਦੁਬਾਰਾ ਪੜੋ ਕਿੰਨੇ ਮਿੰਟ ਲੱਗੇ ਵੀਰਵਾਰ ਕਰਦਾ ਕੰਮ ਇਹ ਗੁਰਮੁਖੀ ਦੇ ਨੰਬਰ ਲਿਖੇ ਨੇ ਗੁਰਮੁਖੀ ਦੇ ਸ਼ਬਦ ਲਿਖੇ ਨੇ ਤਾਂ ਇਹ ਤੁਸੀਂ ਪੜ੍ਹ ਕੇ ਨੰਬਰ ਸਿੱਖੋ ਗੁਰਮੁਖੀ ਦੇ ਨੰਬਰ ਸਿੱਖੋ ਤੇ ਇਹਨਾਂ ਨੂੰ ਤੁਸੀਂ ਕਾਪੀ ਕਰੋਗੇ 121 121 122 122 ਠੀਕ ਹੈ ਇਸ ਤਰ੍ਹਾਂ ਕਰਕੇ ਕਾਪੀ ਕਰੋਗੇ ਇਹਦੇ ਨਾਲ ਤੁਹਾਡਾ ਪੰਜਾਬੀ ਦੀ ਹੋਰ ਪ੍ਰੈਕਟਿਸ ਹੋ ਜਾਏਗੀ ਤੇ ਦੈਟਸ ਆਵਰ ਗੋਲ ਕਿ ਤੁਸੀਂ ਪੰਜਾਬੀ ਨੂੰ ਬੈਟਰ ਪੜ੍ਹਨੀ ਸਿੱਖਣਾ ਹੈ ਸੋ ਅੱਜ ਆਪਣਾ ਲੈਸਨ ਇੰਨਾ ਹੀ ਹੈ ਤੇ ਆਪਾਂ ਅਗਲੇ ਲੈਸਨ ਵਿੱਚ ਫਿਰ ਮਿਲਦੇ ਹਾਂ ਅਨਟਿਲ ਦੈਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ